ਸ਼੍ਰੀਕਾਲ ਦੋਸਤੋ ਬੀ ਐਸ ਨਿਊਜ਼ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਜੀ। ਗੱਲ ਕਰਦੇ ਹਾਂ ਖੇਤੀ ਦੀ। ਬਹੁਤ ਸਾਰੇ ਕਿਸਾਨਾਂ ਵੱਲੋਂ ਹੁਣ ਰਵਾਇਤੀ ਖੇਤੀ ਨੂੰ ਛੱਡ ਕੇ ਆਧੁਨਿਕ ਤੇ ਨਵੀਆਂ ਤਕਨੀਕਾਂ ਨਾਲ ਖੇਤੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਜਿੱਥੇ ਕਿਸਾਨਾਂ ਨੇ ਕਣਕ ਅਤੇ ਝੋਨੇ ਦੇ ਖੇਤੀ 'ਚੋਂ ਨਿਕਲ ਕੇ ਡਰੈਗਨ ਦੀ ਖੇਤੀ ਵੱਲ ਵੀ ਕਦਮ ਪੁੱਟਿਆ ਨੇ, ਇਸੇ ਤਰ੍ਹਾਂ ਦਾ ਇੱਕ ਕਿਸਾਨ ਹੈ ਪ੍ਰਗਟ ਸਿੰਘ ਬਾਟ ਧਰਮਕੋਟ ਦੇ ਨੇੜਲੇ ਪਿੰਡ ਢੋਲੇਵਾਲਾ ਦਾ, ਜਿਸ ਨੇ ਇੱਕ ਕਨਾਲ ਵਿੱਚ ਡਰੈਗਨ ਦੀ ਖੇਤੀ ਕਰਕੇ ਨਵੀਂ ਪਹਿਲਕਦਮੀ ਕੀਤੀ ਹੈ। ਦੇਖਦੇ ਹਾਂ ਇਹ ਰਿਪੋਰਟ। एक पासे जिथे सरकारां दे वल्लों पानी दे पद्धर नूं उच्चा चुकन दे लई किसानां नूं झोने ते कणक वर्गियां रवायती फसलां नूं छड्ड के होर सहायक धंधे अपनाउण दे लई प्रेरित कीता जा रहा है। उत्थे ही जिला मोगा दी तहसील धर्मकोट दे अधीन पैंदे पिंड ढोलेवाला दा किसान प्रगट सिंह बाठ भी झोने अते कणक दी रवायती फसल नूं छड्ड के सहायक धंधे अपनाउण विच अगे आया है। पिंड ढोलेवाला दा प्रगट सिंह बाठ इक छोटा जिहा किसान है जो कि किते वजों वह पहला झोने ते कणक की खेती करता सी, पर अचानक एक दिन उसने सोशल मीडिया के उत्ते एक किसान वालों जारी की ड्रैगन की खेती बारे जानकारी हासिल की। उस तो बाद ट्रायल के तौर पर किसान प्रगट सिंह बाठ के वालों अपने खेत में एक कनाल ड्रैगन की खेती की शुरू कर दी गई। प्रगट सिंह के अनुसार जब उसके वालों अपने खेत के ड्रैगन के बूटे लगाए गए तो लोगों के वालों उसका खूब मजाक उड़ाया गया, पर उसका मनना सी कि अगर कोई व्यक्ति सख्त मेहनत करे तो उसका फल जरूर मिलता है। प्रगट सिंह के अनुसार जिस तो बाद उसके खेतों में ड्रैगन की जब पहली फसल लगी तो जो लोग उसका मजाक उड़ा रहे सन उन्होंने बोलती बंद हो गई। प्रगट बाठ के अनुसार भावे ये फ्रूट काफी महंगा होंगे पर फिर भी उसनु वेचण लई कोई दूर दुराडे नहीं जाना पैंदा, बल्कि अपने मोगा जिले दे विच ही इसकी विक्री हो जाती है। आओ तुहानू सुनाउंदे हां किसान प्रगट सिंह बाठ नाल कीती गई ड्रैगन खेती बारे खास गलबात। ਗਾਂ ਉਹ ਤਾਂ ਕਰੂਗਾ ਬਾਈ ਜੀ। ਤੁਹਾਡਾ ਨਾਮ ਕੀ ਆ, ਇਹ ਕਿਹੜਾ ਪਿੰਡ ਆ ਤੇ ਜਿਹੜਾ ਤੁਸੀਂ ਖੇਤੀ ਕੀਤੀ ਹੈ ਕਿਸ ਚੀਜ਼ ਦੀ ਕੀਤੀ ਹੋਈ ਆ? ਇਹ ਹੈਗਾ ਜੀ ਆਪਣਾ ਪਿੰਡ ਢੋਲੇ ਵਾਲਾ। ਅੱਛਾ ਜੀ। ਤੇ ਨਾਮ ਮੇਰਾ ਪ੍ਰਗਟ ਸਿੰਘ ਬਾਠ ਜੀ। ਹਾਂਜੀ। ਇਹ ਕਿਸ ਚੀਜ਼ ਦੀ ਖੇਤੀ ਹੈ ਜੀ? ਡਰੈਗਨ ਫਰੂਟ। ਅੱਛਾ ਜੀ। ਹਾਂਜੀ ਹਾਂਜੀ। ਇਹ ਬੂਟਾ ਤਿਆਰ ਹੋਣ ਤੇ ਕਿੰਨਾ ਸਮਾਂ ਲੱਗਦਾ? ਇਹ ਸਾਲ, ਇੱਕ ਸਾਲ ਲੱਗੇ। ਅੱਛਾ ਜੀ। ਹਾਂ ਸਾਲ ਬਾਅਦ ਲੱਗਣਾ ਪਿਆ ਦੂਜਾ ਸਾਲ। ਠੀਕ ਹੈ ਜੀ। ਤੇ ਇਸ ਫਰੂਟ ਦੇ ਫਾਇਦੇ ਕੀ ਨੇ ਜੀ? ਫਾਇਦੇ ਦਾ ਡਾਕਟਰ ਆ ਦੇਖਦਾ, ਕਾਲੀ ਖਾਂਸੀ ਹੋ ਗਿਆ, ਟਾਈਫਾਇਡ, ਮਲੇਰੀਆ ਤੇ ਸੈੱਲ ਘਟੇ ਹੋਣੇ, ਤਾਂ ਬਹੁਤ ਵਧੀਆ ਚੀਜ਼ ਹੈ। ਤਾਂ ਕੇਵੀ ਨੂੰ ਕੱਟ ਗਿਆ ਜੀ। ਹਾਂ ਇਹ ਤੁਸੀਂ ਕਿੰਨੀ ਕੁ ਖੇਤੀ ਕਰ ਰਹੇ ਜਿਹੜਾ? ਇਹ ਹੈਗੇ ਆ 2 40 50 ਭੋਲ। ਅੱਛਾ ਜੀ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਜਿਹੜਾ? ਇਹ ਦੂਜਾ ਸਾਲ ਹੋ ਗਿਆ। ਦੂਜਾ ਸਾਲ ਹੋ ਗਿਆ ਜੀ। ਹਾਂਜੀ। ਤੇ ਕਿੰਨਾ ਕੁ ਜਿਹੜਾ ਮੁਨਾਫਾ ਤੁਸੀਂ ਹੁਣ ਤੱਕ ਕਮਾ ਚੁੱਕੇ? ਮੁਨਾਫਾ ਤਾਂ ਪਿਛੇ 10 ਲੱਖ ਪਿਛਲੀ ਵਾਰ। ਅੱਛਾ ਜੀ। ਹਾਂ ਐਰ ਕੀ ਦੇਖੋ ਕੀ ਕਿਵੇਂ ਲੈਂਦਾ। ਅੱਛਾ ਅੱਛਾ ਅੱਛਾ। ਐਰ ਕੀ ਬਹੁਤ ਲੱਗਾ ਫਲ ਆਵੇ ਲੱਗਾ, ਸਾਰੇ ਸਾਰੇ ਲੱਗੀ ਜਾਂਦੇ। ਅੱਛਾ ਜੀ। ਹਾਂਜੀ ਹਾਂਜੀ। ਇਹ ਫਿਰ ਜਿਹੜੀ ਇਹਦੀ ਕਾਸਟ ਇੱਥੇ ਇੱਥੇ ਹੋ ਜਾਂਦੀ ਵੇਚਣ ਵਾਸਤੇ ਕਿ ਬਾਹਰੋਂ ਤੁਹਾਨੂੰ ਨਹੀਂ? ਮੇਰੇ ਧਰਮ ਕੋ ਇੱਥੇ ਮੋਗੇ ਹੈਗੇ, ਮੋਗੇ ਵਾਧੂ ਰੂਟ ਵਾਲੇ ਇੱਥੇ, ਕਈ ਤਾਂ ਇੱਥੋਂ ਲੈ ਜਾਂਦੇ ਆ। ਅੱਛਾ ਅੱਛਾ। ਪਿੰਡਾਂ 'ਚੋਂ। ਅੱਛਾ ਅੱਛਾ। ਹਾਂਜੀ ਹਾਂਜੀ। ਠੀਕ ਆ। ਤੇ ਤੁਸੀਂ ਕਿੱਥੋਂ ਤੁਹਾਨੂੰ ਪਤਾ ਲੱਗਿਆ ਸੀ ਇਸ ਚੀਜ਼ ਖੇਤੀ ਬਾਰੇ? ਮੈਂ ਵਟਸਐਪ ਤੇ ਦੇਖੇ। ਅੱਛਾ, ਵਟਸਐਪ ਤੋਂ ਦੇਖਿਆ ਸੀ। ਉੱਥੋਂ ਫਿਰ ਤੁਸੀਂ ਬੂਟੇ ਕਿੱਥੋਂ ਲੈ ਕੇ ਆਏ ਸੀ? ਇਹ ਬੂਟੇ ਮੈਂ ਜਲੰਧਰ ਲੈ ਗਿਆ ਜੀ। ਜਲੰਧਰ ਲੈ ਕੇ ਆਇਆ ਸੀ? ਹਾਂਜੀ ਹਾਂਜੀ। ਠੀਕ ਆ ਜੀ। ਹਾਂਜੀ। ਉੱਥੇ ਤੁਸੀਂ ਪ੍ਰੇਰਿਤ ਹੋਏ ਹੋ ਜਾਨੀ? ਹਾਂਜੀ ਹਾਂਜੀ, ਵਟਸਐਪ ਤੋਂ। ਹਾਂਜੀ। ਅੱਛਾ 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 ਅੱਛਾ। ਠੀਕ। ਤੇ ਹੋਰ ਇਹਦੇ 'ਚ ਤਾਂ ਹੋਰ ਕੀ ਨਾਲ ਖੇਤੀ ਕਿਹੜੀ ਕਰਦੇ ਹੋ ਹੋਰ ਨਾਲ ਇਸਦੇ? ਇਹਦੇ 'ਚ ਬਸ ਫੌਜੀ ਲੱਗਦੀ, ਬਸ ਫੌਜੀ ਫੌਜੀ ਲੱਗਦੀ। ਹਾਂਜੀ ਹਾਂਜੀ। ਇਕੱਲਾ ਗੰਨਾ ਨਹੀਂ ਹੁੰਦਾ, ਨਾ ਗੰਨਾ ਨਾ ਝੋਨਾ। ਅੱਛਾ ਜੀ। ਹਾਂਜੀ ਹਾਂਜੀ। ਬਸ ਪਾਣੀ ਘੱਟ ਭਾਲਦਾ ਨਾ। ਬੂਟੇ ਕਿੰਨੀ ਇਸੇ ਪਨੀਰੀ ਜਿਹੜੀ ਤੁਸੀਂ ਕਿੱਥੋਂ ਆਪ ਤਿਆਰ ਕਰ? ਆਪ ਤਿਆਰ ਕਰ ਮਾੜੇ ਉਹਦੇ ਬਾਰੇ ਦੱਸ ਦਿਓ ਕਿੱਥੇ ਜਿਹੜੀ ਤਿਆਰ ਕਰ? ਆਪ ਤਿਆਰ ਕਰ, ਆਹ ਦੇਖੋ, ਆਹ ਲੈ ਕਰਦੇ ਪਏ ਤਿਆਰ, ਹੋਰ ਕਰਾਂਗੇ। ਆਹ ਦੇਖ, ਆਹ ਤਾਂ ਪਹਿਲਾਂ ਦੇ ਫੁੱਟ ਪਏ, ਉਹ ਥੋੜ੍ਹੇ ਦਿਨ ਹੋ ਗਏ ਤਿਆਰ ਕਰੇ ਨੂੰ। ਅੱਛਾ ਜੀ। ਹਾਂਜੀ। ਇਹ ਜਿਹੜੀ ਇਹ ਤੁਸੀਂ ਆਪ ਹੀ ਤਿਆਰ ਕਰ ਰਹੇ? ਆਪ ਹੀ, ਆਪ ਹੀ, ਆਪ। ਇਹ ਕਿੰਨੇ ਟਾਈਮ ਜਿਹੜਾ ਛੋਟਾ ਬੂਟਾ ਜਿਹੜਾ ਤਿਆਰ ਹੋ ਜਾਂਦਾ? ਇਹ ਹੋ ਗਿਆ 2-3 ਮਹੀਨੇ ਜ਼ਿਆਦਾ, ਆਹ ਤਾਂ ਥੋੜ੍ਹੇ ਟਾਈਮ ਹੁੰਦਾ। ਅੱਛਾ ਜੀ। ਆਹ ਤਾਂ ਲਾ ਕੇ 4-5 ਮਹੀਨੇ ਦੇ, ਬਾਅਦ ਤਾਂ ਕੱਢੀ ਸਕਦੇ। ਅੱਛਾ, 4-5 ਮਹੀਨੇ ਹੋਵੇ ਸਾਰਾ ਸਭ ਚੱਲੀ ਜਾਂਦਾ ਬੂਟਾ। ਅੱਛਾ ਜੀ। ਹਾਂਜੀ। ਤੇ ਇੱਕ ਸਾਲ ਬਾਅਦ ਤੁਸੀਂ ਕਹਿ ਰਹੇ ਹੋ ਕਿੰਨੇ ਜਿਹੜਾ ਫਲ ਲੱਗਣਾ ਸ਼ੁਰੂ ਹੋ ਜਾਂਦਾ ਵਾ? ਪਹਿਲੇ 1 ਸਾਲ ਬਾਅਦ ਲੱਗੇ ਫਲ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ। ਠੀਕ। ਇਹ ਤਾਂ ਵਧੀਆ ਚੀਜ਼ ਹੈ, ਲਾਉਂਦਾ ਨਹੀਂ ਕੋਈ। ਆਹ ਦੇਖੋ, ਆਵੇ ਲੱਗੀ ਇਹਦਾ, ਆਹ ਬਹੁਤ ਲੱਗਣਾ, ਆਹ ਲੱਗ ਗਿਆ, ਆਹ ਦੇਖੋ ਆਵੇ ਲੱਗੀ ਆ ਥੱਲੇ। ਅੱਛਾ ਅੱਛਾ ਜੀ। ਇਹ ਜਦੋਂ ਫਲ ਲੱਗ ਜਾਏ ਉਸ ਤੋਂ ਬਾਅਦ ਕਿੰਨੇ ਟਾਈਮ ਜਿਹੜਾ ਤਿਆਰ ਹੋ ਜਾਂਦਾ? ਇਹ 40-45 ਦਿਨ 'ਚ। 40-45 ਦਿਨ ਦੇ ਵਿੱਚ ਤਿਆਰ ਹੋ ਜਾਂਦਾ? 1 ਮਹੀਨੇ 'ਚ ਤਿਆਰ ਹੋਣਾ। ਠੀਕ ਹੈ ਜੀ। 1 ਮਹੀਨੇ 'ਚ ਬਣ ਜੂ ਫਲ ਵਧੀਆ ਖਾਣ ਵਾਲਾ। ਠੀਕ ਹੈ।
ਇੱਕ ਤੁਸੀਂ ਇਹਨੂੰ ਸਹਾਇਕ ਧੰਦਾ ਮੰਨਦੇ ਹੋ? ਹਾਂਜੀ ਹਾਂਜੀ, ਬਹੁਤ ਵਧੀਆ ਝੋਨੇ ਖੇਤੀ ਨੂੰ ਛੱਡ ਕੇ ਬਹੁਤ ਵਧੀਆ। ਇੱਥੇ ਜੋ ਮਰਜ਼ੀ ਲਾਓ, ਸਬਜ਼ੀ ਲਾਓ, ਮੈਂ ਵਿਆਹ ਮਿਰਚਾਂ ਲਾਈਆਂ, ਬਤੂਨ ਲਾਇਆ ਜੀ, ਹਾਂ ਵਿੱਚ ਲਾਓ ਲਾਇਆ, ਦੂਜੇ ਨਿੰਬੂਆਂ ਦੇ ਬੂਟੇ ਲਾਏ। ਅੱਛਾ ਅੱਛਾ, ਹਾਂਜੀ ਹੁਣ ਲਾਉਣੇ ਚੰਦਨ ਦੇ ਬੂਟੇ ਵਿੱਚ। ਚੰਦਨ ਦੇ ਅੱਗੇ ਮੈਂ ਲਾਏ ਸੀ ਤੇ ਉਹ ਤੁਰ ਪਏ ਸੀ ਤੇ ਸੁੱਕ ਗਏ, ਹੁਣ ਮੈਂ ਬਾਹਰ ਅੱਟ ਜਾਣਾ, ਲਾਕਡਾਊਨ ਲੱਗ ਗਿਆ, ਨਾ ਲੈ ਕੇ ਆਉਣੇ ਸੀ, ਹੁਣ ਜਾਣਾ ਫਿਰ ਲੈ ਕੇ ਆਉਣੇ। ਠੀਕ ਠੀਕ, ਵਿੱਚ ਉਹ ਲਾਉਣੇ ਆ। ਠੀਕ ਹਾਂਜੀ। ਅਤੇ ਹੋਰ ਤੁਸੀਂ ਇੱਥੇ ਯਾਨੀ ਕਿ ਹੋਰ ਝੋਨੇ 'ਚ ਖੇਤੀ ਕਰ ਰਹੇ ਹੋ, ਹੈ ਨਾ? ਹਾਂਜੀ ਹਾਂਜੀ ਹਾਂਜੀ। ਠੀਕ ਆ, ਇਹ ਤਾਂ ਵਧੀਆ ਚੀਜ਼ ਹੈ, ਆਪਾਂ ਨੇਕਾ ਪਲ ਲੋਕ ਲਾਉਂਦੇ ਨਹੀਂ ਜੀ, ਹਾਂ ਲਾਉਣੀ ਚਾਹੀਦੀ ਆ। ਆਪਾਂ ਦੋ ਦੋ ਬੂਟੇ ਲਾਓ ਆਪਦੇ ਖਾਣ ਦੇ, ਸਾਡਾ ਛੋਟ ਜਿਹਾ ਨਿੱਕਾ ਛੋਟਾ ਉਹਨੇ ਵੇਖਣਾ ਕਿਹੜਾ ਪੱਕ ਗਿਆ, ਜੇ ਪੱਕਾ ਉਦੋਂ ਲੈ ਘਰ ਦਾ ਵੱਢ ਕੇ ਬਸ। ਠੀਕ ਆ, ਮੁੱਦਾ ਹੀ ਗੈਪ ਕਰ ਦਿੰਦਾ ਮੁੜ ਕੇ। ਠੀਕ ਠੀਕ ਠੀਕ, ਨਹੀਂ ਵਧੀਆ ਚੀਜ਼ ਆਪਾਂ ਲਾਉਂਦੇ ਨਹੀਂ। ਠੀਕ ਆ ਜੀ, ਹਾਂ ਲਾਵੇ ਨਾ, ਲਾਉਂ ਤਿੰਨੋ, ਕੋਈ ਕਿਸੇ ਨੂੰ ਬਿਮਾਰੀ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਤੁਸੀਂ ਇਲਾਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਲਓ ਆਹ ਦੇਖੋ ਤੁਸੀਂ, ਆਹ ਬਣ ਗਿਆ ਨਾ, ਇਹਦੇ ਆਹ ਲੈ ਜਾਊਗਾ ਫਲ ਜਿਹਾ, ਆਹ ਲੈ ਜਾਊ, ਆਹ ਬਣਨਾ ਮਗਰ ਦੇ ਜੀ, ਆਹੋ ਜੀ 250 ਗ੍ਰਾਮ ਦਾ। ਮੇਰੇ ਪਿੱਛੇ ਮੈਂ ਦੇਖਿਆ ਜੋਖੇ 1.5 ਕਿਲੋ ਵੀ ਹੋ ਗਿਆ ਫਲ ਜੀ, ਆਹ ਚੀਜ਼। ਅੱਛਾ ਜੀ, ਮੈਂ 200-300 ਗ੍ਰਾਮ ਲਾਉਂਦਾ। ਅੱਛਾ ਜੀ, ਇਹ ਵੱਧ ਤੋਂ ਵੱਧ ਕਿੰਨਾ ਹੋ ਜਾਂਦਾ ਜਿਹੜਾ? ਇੱਕ ਬੂਟੇ ਤੋਂ ਦੱਸਦੇ ਆ, ਮੈਂ ਲਾਇਆ ਤਾਂ ਨਹੀਂ ਆਈਡੀਆ, ਮੈਂ ਆਈਡੀਆ ਲਾਇਆ ਵੀ ਘੱਟੋ ਘੱਟ ਇੱਕ ਬੂਟੇ ਨੂੰ 10 ਕਿਲੋ ਦਿਓ, ਉਹ ਦੇਖਿਆ ਤੁਸੀਂ ਕਿੰਨੇ ਲੱਗੇ ਉਹਨੂੰ ਫੁੱਲ। ਅੱਛਾ ਜੀ, ਕਿੰਨੇ ਕੱਢੇ? ਹਾਂ ਘੱਟੋ ਘੱਟ 10 ਕਿਲੋ, ਯਾਨੀ ਕਿ ਪੂਰੀ ਇੱਕ ਕਿੰਨੇ ਕੁ 1000 ਪੈਦਾ ਹੋ ਜਾਂਦਾ? ਇਹ ਲਾ ਲਓ ਤੁਸੀਂ, ਇਹ ਤਾਂ 100 ਦਾ ਆ ਗਿਆ ਵੀ ਜੀ, 5-6 ਤੁਹਾਨੂੰ ਕਿਲੋ ਆ, ਲਾ ਲਓ 5-6 ਹਜ਼ਾਰ ਲਓ ਇੱਕ ਬੂਟੇ ਨੂੰ। 5-6 ਹਜ਼ਾਰ ਇੱਕ ਬੂਟੇ ਦਾ? ਹਾਂਜੀ ਹਾਂਜੀ, 5-6 ਹਜ਼ਾਰ ਇੱਕ ਬੂਟੇ ਨੂੰ। ਇਹ ਤਾਂ ਵਧੀਆ ਚੀਜ਼ ਆ, ਹੁਣ ਨਾਲੇ ਸਬਜ਼ੀ ਜੋ ਮਰਜ਼ੀ ਲਾ, ਨਾਲੇ ਅਗਲਾ ਵੇਖਣ ਵਾਲਾ ਵੀ ਸੋਹਣਾ ਲੱਗਦਾ ਬੂਟਾ ਲੱਗਾ ਜੀ। ਹਾਂ ਅੱਛਾ, ਤੁਸੀਂ ਇੱਕ ਗੱਲ ਦੱਸੋ, ਤੁਸੀਂ ਇਹਦੀ ਪਨੀਰੀ ਤਿਆਰ ਕਰ ਰਹੇ ਹੋ, ਹਾਂਜੀ, ਤੁਸੀਂ ਆਪਦੇ ਵਾਸਤੇ ਵੀ ਤਿਆਰ ਕਰੋ ਕਿ ਇਸ ਦੀ ਸੇਲ ਵੀ ਕਰੋ? ਆਹ ਵੀ ਤਿਆਰ, ਆਹ ਵੀ ਲਾਉਣੇ ਦੇ ਵੇਚਾਂਗੇ ਜੀ, ਵੇਚਾਂਗੇ ਜੀ। ਹਾਂਜੀ ਹਾਂਜੀ, ਇਹ ਕਿੰਨੇ ਕੁ ਰੁਪਏ ਦਾ ਤੁਸੀਂ ਇੱਕ ਬੂਟਾ ਸੇਲ ਕਰੋਗੇ? 70 ਰੁਪਏ ਦਾ ਜੀ। 70 ਰੁਪਏ ਦਾ? ਹਾਂਜੀ। ਅਗਰ ਤੁਹਾਡੇ ਕੋਲੋਂ ਕਿਸੇ ਨੇ ਬੂਟਾ ਲੈਣਾ ਤਾਂ ਤੁਹਾਡੇ ਕਿਹੜੇ ਨੰਬਰ ਤੋਂ ਸੰਪਰਕ ਕਰ ਸਕਦੇ? ਮੇਰਾ ਜੀ 62-99-11-82। ਇੱਕ ਵਾਰੀ ਫਿਰ ਰਿਪੀਟ ਕਰ ਦਿਓ, 62-99-11-82। ਅੱਛਾ ਜੀ, ਹਾਂਜੀ ਹਾਂਜੀ। ਲਓ ਆਪਣਾ ਪਿੰਡ ਦੱਸ ਦਿਓ ਜੀ, ਜ਼ਿਲ੍ਹਾ ਢੋਲੇ ਵਾਲਾ ਜੀ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ ਜੀ। ਹਾਂਜੀ ਹਾਂਜੀ। ਲਓ ਜੀ ਦੋਸਤੋ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇਹ ਵੀਰ ਪਿੰਡ ਢੋਲੇ ਵਾਲਾ ਨੇੜੇ ਧਰਮਕੋਟ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਨੇ, ਪ੍ਰਗਟ ਸਿੰਘ, ਜੋ ਕਿ ਇੱਕ ਸਹਾਇਕ ਧੰਦਾ ਅਪਣਾ ਰਹੇ ਨੇ, ਯਾਨੀ ਕਿ ਕਣਕ ਝੋਨੇ ਦੀ ਫਸਲ ਨੂੰ ਛੱਡ ਕੇ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਇਸ ਦੀ ਖੇਤੀ ਹੋਰ ਵੀ ਵਧਾਉਣਗੇ। ਇਸ ਦੇ ਨਾਲ ਤੁਹਾਨੂੰ ਦੱਸ ਦਿੰਦਾ ਕਿ ਇਹਨਾਂ ਨੇ ਇੱਕ ਔਰਗੈਨਿਕ ਦੇ ਤੌਰ 'ਤੇ ਯਾਨੀ ਕਿ ਸਬਜ਼ੀਆਂ ਵੀ ਬੀਜੀਆਂ ਹੋਈਆਂ ਨੇ। ਤੁਸੀਂ ਬਾਈ ਜੀ ਕਿਹੜੇ ਕਿਹੜੇ ਸਬਜ਼ੀਆਂ ਨਾਲ ਬੀਜੀਆਂ ਹੋਈਆਂ? ਮੈਂ ਤਾਂ ਬਾਈ ਖਾਣ ਲਓ, ਆਪਾਂ ਕਹਿੰਦਾ ਅੱਗੇ ਲਾਈਆਂ ਘਿਓ ਤੋਰੀ ਲਾਈ ਸੀ ਜੀ, ਬਤਾਊਂ ਲਾਏ, ਮਿਰਚਾਂ ਲਾਈਆਂ। ਅੱਛਾ ਜੀ, ਅਤੇ ਨਿੰਬੂ ਲਾਇਆ? ਠੀਕ ਹੈ। ਹਾਂਜੀ, ਇਹਨਾਂ ਨੂੰ ਘਰੇ ਸਪਰੇਅ ਕਰ? ਨਾ ਨਾ, ਕੋਈ ਨਹੀਂ, ਕਹਿੰਦਾ ਰੇਹ ਤਾਂ ਦਿਖਾਈ ਨਹੀਂ ਕਦੀ ਮੈਂ। ਅੱਛਾ ਜੀ, ਹਾਂਜੀ ਹਾਂਜੀ। ਅੱਜ ਕੱਲ੍ਹ ਤਾਂ ਦੇਖੀ ਜਾਣਾ ਕਿ ਬਹੁਤ ਸਬਜ਼ੀਆਂ ਨੂੰ ਲੋਕਾਂ ਦੇ ਮੈਂ ਨਾਲ ਦੇ ਖਾਣ, ਮੈਂ ਤਾਂ ਨਿੰਮ ਦੇ ਅੱਕ ਦੀ ਸਪਰੇਅ ਕਰਦਾ। ਅੱਛਾ ਜੀ, ਨਿੰਮ ਅਤੇ ਅੱਕ ਦੀ? ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਹਾਂਜੀ, ਹੋਰ ਕੋਈ ਸਪਰੇਅ ਨਹੀਂ, ਕੋਈ ਕੁਛ ਨਹੀਂ, ਲੈਣਾ ਦੇਣੇ ਬਸ। ਇਹ ਸਪਰੇਅ ਤੁਸੀਂ ਕਰਦੇ ਕਿਵੇਂ ਹੋ? ਕੀ ਚੀਜ਼ ਕਿੰਨੇ ਕੁ ਯਾਨੀ ਕਿ ਜਿਵੇਂ ਇੱਕ ਕਿਵੇਂ ਡਰੰਮੀ ਕਿੰਨੀ ਡਰੰਮੀ ਵਿੱਚ ਕਿੰਨੀ ਕੁ ਜਿਹੜੀ ਲੱਸੀ ਪਾਉਂਦੇ ਹੋ? ਲੱਸੀ ਮੈਂ ਪਾਉਣੀ 3-4 ਲੀਟਰ। 3-4 ਲੀਟਰ? ਹਾਂਜੀ, 20-20 ਕਿਲੋ ਢੋਲਕੀ। ਅੱਛਾ ਅੱਛਾ, ਹਾਂਜੀ ਹਾਂਜੀ। ਅਤੇ ਇਹ ਜਿਹੜਾ ਡਰੈਗਨ ਦਾ ਬੂਟਾ ਤੁਸੀਂ ਇਹਨੂੰ ਕਹਿ ਰਹੇ ਸੀ ਕਿ ਇੱਕ ਤੁਸੀਂ ਇਹਨਾਂ ਨੂੰ ਪਾਣੀ ਪਾਉਂਦੇ ਹੋ ਪਾਥੀਆਂ ਦਾ? ਹਾਂਜੀ ਹਾਂਜੀ। ਉਹ ਕਿਵੇਂ ਆ ਜੀ? ਉਹ ਭਾਅ ਜੀ ਪਾਥੀ ਜਿਹੜੀ ਪੁਰਾਣੀ, ਜਿੰਨੀ ਤੋਂ ਪੁਰਾਣੀ ਪੁਰਾਣੀ ਪਈ ਹੋਊ ਉਹਦੇ ਨਾਲ ਗਰੋਥ ਜ਼ਿਆਦਾ ਕਰੂਗਾ। ਅੱਛਾ ਜੀ, ਹਾਂਜੀ ਹਾਂਜੀ, ਜਿੰਨੀ ਜ਼ਿਆਦਾ ਪਾਥੀ ਹੋਊ ਨਾ ਪੁਰਾਣੀ ਪਈ ਹੋਊ ਪਾਥੀ, ਜਿਵੇਂ ਸਾਲ 2 ਸਾਲ ਦੀ ਪੁਰਾਣੀ, ਜਿੰਨੀ ਪਾਥੀ ਪੁਰਾਣੀ ਹੋਊ ਉਨੀ ਗਰੋਥ ਜ਼ਿਆਦਾ ਕਰੂ। ਇਹ ਕਿੰਨੇ ਕੁ ਇੱਕ ਮਹੀਨੇ ਵਿੱਚ ਕਿੰਨੀ ਕੁ ਇਹਨੂੰ ਖੁਰਾਕ ਦਿੰਦੇ ਹੋ ਜਿਹੜੀ ਤੁਸੀਂ? ਇਹਨੂੰ ਖੁਰਾਕ ਤਾਂ ਕੋਈ ਖਾ ਨਹੀਂ? ਅੱਛਾ ਜੀ, ਹਾਂ ਬਾਹਰ ਨੂੰ ਪਾਣੀ ਪਾ ਦਾਂ ਹੀ ਪੰਦੇ ਰੂੜੀ ਪਾਣਾ ਵਾ। ਅੱਛਾ ਜੀ, 15 ਦਿਨ ਬਾਅਦ ਵਿੱਚ ਇੱਕ ਵਾਰੀ ਪਾਉਣੀ? ਹਾਂਜੀ ਹਾਂਜੀ, ਖਾ ਕੋਈ ਖੁਰਾਕ ਨਹੀਂ, ਬਾਇਆ ਹੀ। ਅੱਛਾ ਅੱਛਾ, ਮਾੜੀ ਮੋਟੀ ਪਾਉਣੀ? ਠੀਕ ਹੈ ਜੀ, ਹਾਂਜੀ ਹਾਂਜੀ, ਮਾਂ ਦੀ ਕੇਅਰ ਕਰਨੀ ਬਾਅਦ ਕੇਅਰ ਜ਼ਰੂਰੀ ਹੈ। ਹਾਂਜੀ ਹਾਂਜੀ। ਇੱਕ ਤੁਸੀਂ ਇਹ ਪੋਲ ਲਾਏ ਹੋਏ ਆ ਜੀ? ਹਾਂਜੀ ਹਾਂਜੀ। ਇਹ ਕਿਵੇਂ ਤੁਸੀਂ ਆਪ ਤਿਆਰ ਕੀਤੇ? ਹਾਂਜੀ, ਆਪ ਬਣਾਏ ਫਰਮੇ, ਮੈਂ ਆਪ ਬਣਾਏ ਆ, ਉੱਪਰਲਾ ਵੀ ਗੋਲ ਵੀ ਥੱਲੇ ਵਾਲੇ ਬਣਾਏ, ਮੈਂ ਆਪ ਤਿਆਰ ਕਰੇ। ਇਹ ਕਿੰਨੇ ਕੁ ਚ ਪੀੜਾ ਪੋਲ ਤਿਆਰ ਹੋ? ਇਹ ਪੋਲ ਜੀ 3 ਕਿਲੋ ਦਾ ਪਈ, ਜਿਹੜਾ ਆਹ ਲੰਮਾ ਜਿਹਦੇ 3 ਕਿਲੋ ਸਰੀਆ ਪੈਂਦਾ, ਜਿਹੜਾ ਉੱਪਰ ਉਹਦੇ 2 ਕਿਲੋ, ਯਾਨੀ ਕਿ 200-300 ਚ ਤਿਆਰ ਹੁੰਦਾ ਪੋਲ ਆਪਦਾ। ਮੈਂ ਘਰ ਮੁੜ ਪੁੱਛਿਆ ਪੋਲ, ਮੈਨੂੰ 700 ਤੋਂ ਦਿੰਦੇ ਪੋਲ, ਕੱਲਾ ਥੱਲੇ ਵਾਲਾ। ਅੱਛਾ ਜੀ, ਜੇ ਤੁਸੀਂ ਆਪ ਕਰੋਗੇ ਤਾਂ 300 ਰੁਪਏ? 300 ਹੋ ਜਾਂਦਾ ਜੀ। ਹਾਂਜੀ ਹਾਂਜੀ, ਠੀਕ ਹੈ। ਉੱਦਾਂ ਤਾਂ ਜ਼ਿਆਦਾ ਮੰਗਦੇ ਪਏ। ਠੀਕ ਹੈ ਜੀ, ਆਪਦਾ ਤਿਆਰ ਕਰੇ ਵਧੀਆ। ਠੀਕ ਹੈ ਜੀ। ਇਹ ਜਿਹੜੀ ਤੁਸੀਂ ਟੋਟਲ ਖੇਤੀ ਕੀਤੀ ਜਾਂਦੀ ਡਰੈਗਨ ਦੀ, ਹਾਂਜੀ ਹਾਂਜੀ, ਇਹਦੇ 'ਤੇ ਕਿੰਨਾ ਕੁ ਖਰਚ ਕੀਤਾ ਹੁਣ? ਖਰਚਾ ਲਾ ਟੋਟਲ ਮੈਨੂੰ ਆ ਗਿਆ ਉਹ 40-45 ਹਜ਼ਾਰ। 40-45 ਹਜ਼ਾਰ ਇਹ ਪੋਲਾਂ ਦੇ ਵਿੱਚ ਪਾ ਕੇ? ਹਾਂਜੀ, ਸਾਰਾ ਹੀ ਬੂਟੇ ਬਾਟੇ ਪਾ ਕੇ ਸਭ ਕੁਝ ਪਾ ਕੇ। ਹਾਂਜੀ ਹਾਂਜੀ, ਇਹਦੇ 'ਤੇ ਹਾਂਜੀ ਹਾਂਜੀ। ਇਹ ਤਾਂ ਮੈਂ ਲਾਉਣ ਲੱਗੇ, ਮੇਰੇ ਆਪਦੇ ਬੰਦੇ ਕਹਿੰਦੇ ਕਿਉਂ ਲਾਇਆ? ਅੱਛਾ ਜੀ, ਇਹ ਤਾਂ ਤੂੰ ਦੂਜਾ ਕੀ? ਇਹ ਤਾਂ ਕਹਿੰਦੇ ਆਕਾ, ਦੂਜਾ ਕੁਆਰ ਆ, ਮੈਂ ਕੁਝ ਕੁਆਰ ਰਹਿੰਦਾ। ਠੀਕ ਹੈ, ਤਾਂ ਤੁਹਾਨੂੰ ਮਜ਼ਾਕ ਕਰਦੇ, ਚੇਡਾ ਕਰਦੇ ਸੀ, ਤੇ ਹੁਣ ਉਹ
ਹੁਣ ਕੀ ਕਹਿੰਦੇ ਆ ਹੁਣ ਬਸ ਖਾ ਕੇ ਕਹਿੰਦੇ ਠੀਕ ਵਧੀਆ ਅੱਛਾ ਹਾਂ ਹੁਣ ਤਾਂ ਰਾਖੀ ਕਰਨੀ ਪੈਣੀ ਮੈਨੂੰ ਮਤਲਬ ਉਹ ਮੰਜਾ ਵਿੱਚ ਮੱਛਰ ਨੂੰ ਲਾ ਕੇ खा लांगे ओदा मैं वेखना नहीं बूटा होया हुंदा फल की जे मैं ना ला मैं कितों खा लेना ही अच्छा जी ये तुसीं पहला देखिया सी जानी पहला व्हाट्सएप सोशल मीडिया ते देखिया सी हां जी हां जी ओथों तुसीं प्रेरित होए हो हां जी व्हाट्सएप तों मैं देख देख के सब को ओदे लाया प्रैक्टिकल करो भी हां चीज कि बाद फिर करे बंदा जिन्ना मर्जी ला ले कोई चक्कर नहीं हम आप पता लग गया नुकसा आ फायदे हूँ जिन्ना मर्जी ला ले कोई चक्कर नहीं दिक्कत नहीं अपन क्यों बूटे आप तैयार कर लिया हाँ खंबे आप बना लिया कोई टेंशन नहीं अपन अच्छा खेती वधाउन जा रहे हो खेती भी लावे खेत भी लावे अद्धा किला बूटे लो ये बूटे दूजे भी लो आ रुख भी लो एक वड़ने दो रुख लाने चाहिए घटो घट जो अपना दिमाग आक्सीजन दो लो हम त्रेका लाइया होर लाइया त्रेका नींबू लाए होर लाने चंदन के बूटे लाने चलो तो बहुत बहुत धन्यवाद जी।